मुर्दाबाद मुर्दाबाद असी पिछले लंबे समय तो पिछले 15-20 सालों तो सरकारी कॉलेजों के जिहड़े असी काम कर रहे कच्चे प्रोफेसर के तौर पर थोड़ी थोड़ी तनखा से नगुणियां तनखा के उत्ते हुण सरकार ने जिहड़ा अपना घर घर रुजगार तहत साडा रुजगार खो के जिहड़े नवे जिहड़े यूथ नूं रुजगार देण लई सानूं नौकरियां तो बाहर कढ़न दे लई 19 तरीक नूं 19/10/2021 नूं एक ऐड करके अखबारों के सानू जो नौकरी तो साडे नूं खत्म करने लई घर सानूं घर तोरन के लिए पूरा मन बना लिया कि वह सानू कदें भी तुगलकी फरमान जिहड़ा जारी करके इतों की घर तोर सकते हैं। तो इस करके असी जिहड़ा पूरे पंजाब दे विच पिछले 2 दिनों तो लगातार स्ट्राइक से बैठे हैं। पंजाब के सारे कॉलेज जिहड़े बंद पे हैं ते पंजाब के जिन्ने भी यूथ है जिन्ना भी बच्चा है वह कॉलेजों के जड़ा वो इधर उधर फिर रहे हैं क्योंकि पढ़ाई जी है सारी खराब हो रही है। तो असी माध्यम राही तुहाडे माध्यम राही ये कहना चाहते हैं कि जिहड़ा साडियां पोस्टां नूं सुरक्षित किया जाए तो जिहड़ियां साडे तो बाद जिहड़ियां खाली पोस्टां पईआं 500-600 पोस्टां उन्हां नूं भरिया जाए। पहल के आधार पर जे तुसीं सच्ची घर घर रुजगार देना चाहते हो तो साडा रुजगार ना खोया जाए साडियां नौकरियां नूं सुरक्षित किया जाए। जी साडा इत्थे बैन दा रीज़न ये है भी जिहड़ियां हुणे 19 अक्टूबर के नेड़े एडवरटाइज़ हुई हैं पोस्टां असीं ऑलरेडी उन्हां पोस्टां ते काम कर रहे हैं ते गवर्नमेंट ने वो पोस्टां एडवरटाइज़ करती हैं कि नवें सिरे तो भरपाई की जाएगी। इन्होंने की किया कि हम स्पेसीफाई किया भी जिहड़े एलिजिबल हो पेपर दे सकते तो एज रिलैक्सेशन देती तो 5 नंबर दिते जाएंगे जिहड़े ऑलरेडी क्वालीफाइड है। लेकिन जिहड़े ऑलरेडी क्वालीफाइड है तो सही जिहड़े वो पेपर देंगे लेकिन वह नवे बच्चे नाल किवें कंपीट करेंगे जिन्होंने ऑलरेडी 10-10 साल हो गए ना। इन्हों का कहने का मतलब ये भी जिहड़े साडे पढ़ाए बच्चे है असीं उन्हां नाल फिर बैठ के पेपर दईए तो नवे सिरे तो फिर कॉलेज एंटर करिए तो यह मतलब बिल्कुल नजायज़ गल है सर भी साडियां ऑलरेडी जिहड़ियां 962 बंदे असीं ऑल ओवर पंजाब तो उस ਮਹਿੰਦਰਾ ਕਾਲਜ ਦੇ ਬਾਹਰ ਜਿੱਥੇ ਇੱਕ ਟੀਚਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਉਹਨਾਂ ਨੂੰ ਅੱਜ ਸੜਕਾਂ 'ਤੇ ਰੋਲਣ ਲਈ ਜਿਹੜੀ ਕਾਂਗਰਸ ਦੀ ਸਰਕਾਰਾਂ ਨੇ ਮਜਬੂਰ ਕਰਤਾ। ਪਹਿਲਾਂ 4.5 ਸਾਲ ਪੰਜਾਬ ਦਾ ਹਰ ਤਰ੍ਹਾਂ ਦਾ ਵਰਗ ਹਰ ਤਰ੍ਹਾਂ ਦਾ ਮੁਲਾਜ਼ਮ ਹਰ ਤਰ੍ਹਾਂ ਦਾ ਪ੍ਰੋਫੈਸਰ ਹਰ ਤਰ੍ਹਾਂ ਦਾ ਟੀਚਰ YPS ਚੌਂਕ 'ਚ ਡਾਂਗਾ ਖਾ ਕੇ ਜਾਂਦਾ ਰਿਹਾ। ਜਿਹੜਾ ਅੱਜ ਚੌਂਕ ਗੂਗਲ 'ਤੇ ਸਰਚ ਮਾਰੀਏ ਤਾਂ ਡਾਂਗਾ ਵਾਲਾ ਚੌਂਕ ਅੱਜ ਇਹ ਜਿੱਥੇ ਬੱਚਿਆਂ ਦਾ ਫਿਊਚਰ ਬਣਾ ਸਕਦੇ ਨੇ ਉਹ ਫਿਊਚਰ ਬਣਾਉਣ ਦੀ ਬਜਾਏ ਆਪਦੇ ਹੱਕਾਂ ਲਈ ਹੋਈ ਅੱਜ ਇੱਥੇ ਸੜਕ 'ਤੇ ਬੈਠੇ ਨੇ। ਔਰ ਜਿਹੜੇ ਗੈਸਟ ਫੈਕਲਟੀ ਦੇ ਟੀਚਰਸ ਨੇ ਇਹ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦ ਸਾਹਿਬ ਨੇ ਸਾਰਿਆਂ ਨੂੰ ਨੌਕਰੀ 'ਤੇ ਰੱਖਿਆ ਲੰਬੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਪਰ ਹੁਣ ਇਹਨਾਂ ਨੇ ਆਪਦੇ ਚੇਤਿਆਂ ਨੂੰ ਜਿਵੇਂ ਪਹਿਲਾਂ ਵੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਗੁਰਕਾ ਸਾਹਿਬ ਦੀ ਸਹੁੰ ਚੱਕ ਕੇ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਫੋਰਮ ਭਰਵਾਏ ਸੀ ਵੀ ਤੁਹਾਨੂੰ ਨੌਕਰੀ ਦੇ ਦਿਆਂਗੇ ਉਹ ਨੌਕਰੀ ਤਾਂ ਆਪਦੇ ਚੇਤਿਆਂ ਨੂੰ ਦੇ ਦਿੱਤੀ। ਕਿਸੇ ਮੰਤਰੀ ਦਾ ਮੁੰਡਾ DSP ਰੱਖ ਲਿਆ ਕਿਸੇ ਦਾ ਤਹਿਸੀਲਦਾਰ ਰੱਖ ਲਿਆ ਕਿਸੇ ਦਾ ਇੰਸਪੈਕਟਰ ਰੱਖ ਲਿਆ ਅਤੇ ਅੱਜ ਜੇ 560 ਪੋਸਟਾਂ ਖਾਲੀ ਪਈਆਂ 160 ਨਵੇਂ ਕਾਲਜ ਬਣ ਚੱਲੇ ਨੇ ਔਰ ਟੋਟਲ 1873 ਪੋਸਟਾਂ ਹੈ। ਔਰ ਮੈਂ ਹੈਰਾਨ ਇਸ ਗੱਲ 'ਤੇ ਹਾਂ ਚੰਨੀ ਸਾਹਿਬ ਦੇ ਕਿ ਕਦੇ ਡਰਾਮਾ ਕਰ ਦਿੰਦੇ ਖੰਭੇ 'ਤੇ ਚੜ੍ਹ ਕੇ ਫੋਟੋਆਂ ਵਾਇਰਲ ਕਰੀਆਂ ਕਦੇ ਕਹਿੰਦੇ ਮੈਂ ਸਿੱਧਾ ਸਾਧਾ ਆਦਮੀ ਹਾਂ ਕਦੇ ਕਹਿ ਦਿੰਦੇ ਹਾਂ ਮੈਂ ਦਲਿਤ ਦਾ ਬੱਚਾ। ਤਾਂ ਅੱਜ ਜਿਹੜੇ ਇਹ ਨੌਜਵਾਨ ਸਾਡੇ ਮੈਂ ਸਮਝਦਾ ਫਿਊਚਰ ਕ੍ਰੀਏਟਰ ਨੇ ਜਿਹੜੇ ਅੱਜ ਸੜਕ 'ਤੇ ਬੈਠੇ ਨੇ ਜਿਹਦੇ 'ਚ ਮੇਰੀਆਂ ਭੈਣਾਂ ਮੇਰੇ ਨੌਜਵਾਨ ਵੀਰ ਜਿਹੜੇ ਬੜੇ ਲੰਬੇ ਸਮੇਂ ਤੋਂ ਪੜ੍ਹਾਈਆਂ ਦੀ ਸੇਵਾ ਕਰਦੇ ਆ ਰਹੇ ਨੇ ਉਹਨਾਂ ਨੂੰ ਕੱਢਣਾ ਕੀ ਚਾਹੁੰਦੇ ਨੇ ਕਿ ਜੋ ਪਤਾ ਲੱਗਿਆ ਵੀ ਆਪਦੇ ਚੇਤਿਆਂ ਨੂੰ ਦੇਣਾ ਚਾਹੁੰਦੇ ਨੌਕਰੀ ਤਾਂ 560 ਅੱਜ ਵੀ ਖਾਲੀ ਪਈਆਂ 160 ਨਵੇਂ ਕਾਲਜ ਬਣਾਉਣ ਦੀ ਇਹ ਗੱਲ ਕਰ ਰਹੇ ਨੇ ਉਹਨਾਂ 'ਚ ਵੀ ਭਰਤੀਆਂ ਕਰ ਸਕਦੇ ਨੇ। ਇਹਨਾਂ ਦਾ ਇੱਕੋ ਇੱਕ ਮਤਲਬ ਜਿਹੜੇ ਇੰਨੇ ਲੰਬੇ ਸਮੇਂ ਤੋਂ ਫਿਰ ਵਿੱਚੋਂ ਇੱਕ ਮੇਰੀ ਭੈਣ ਨੇ ਦੱਸਿਆ ਵੀ
ਉਹ ਜਿਹੜੇ ਓਵਰ ਏਜ ਹੋ ਜਾਣਗੇ ਉਹਨਾਂ ਦਾ ਕੀ ਹੋਊਗਾ। ਸੋ ਮੇਰੀ ਜਿਹੜੀ ਕਾਂਗਰਸ ਸਰਕਾਰ ਹੈ, ਕਰਪਟ ਸਰਕਾਰ ਹੈ, ਇਹਨਾਂ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਇਹ ਕਿ ਐਂ ਰੋਜ਼ਗਾਰ ਦੇਣਾ ਦਾ ਕੀ ਸੀਗਾ, ਫੋਨ ਲੱਗੇ ਹੋਏ ਨੇ ਵੀ ਉਹ ਡਰਾਮਾ ਬੰਦ ਕਰੇ, ਨਹੀਂ ਤਾਂ ਜਿਹੜੀਆਂ ਭਰਤੀਆਂ ਇਹ ਇਲੀਗਲ ਆਪਦੇ ਚੇਤਿਆਂ ਨੂੰ ਦੇ ਕੇ ਕਰਨਗੇ। 2022 'ਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਸਰਕਾਰ ਬਣਨੀ ਹੈ, ਆਉਂਦੇ ਸਾਰ ਤੁਰੰਤ ਰੱਦ ਕੀਤੀਆਂ ਜਾਣਗੀਆਂ ਜਿਹੜੀਆਂ ਨਵੀਆਂ ਜਲਦੀ ਆਪਦੇ ਚੇਤਿਆਂ ਨੂੰ ਦੇ ਕੇ ਕਰਨਗੇ। ਜਿਨ੍ਹਾਂ ਦਾ ਹੱਕ ਬਣਦਾ ਉਹਨਾਂ ਦਾ ਹੱਕ ਨਾ ਖੋਇਆ ਜਾਵੇ। ਇਹ ਆਵਾਜ਼ ਚਾਹੇ ਸਾਨੂੰ ਹਾਈ ਕੋਰਟ 'ਚ ਜਾਣਾ ਪਵੇ, ਚਾਹੇ ਕਿਸੇ ਹੋਰ ਕੋਰਟ 'ਚ ਜਾਂ ਕਿਸੇ ਹੋਰ ਪਲੇਟਫਾਰਮ 'ਤੇ ਜਾਣਾ ਪਵੇ, ਇਹਨਾਂ ਦੀ ਹੱਕ ਚੱਕ ਕੇ ਸਰਦਾਰ ਸਿੰਘ ਸਿੰਘ ਬਾਦਲ ਸਾਹਿਬ ਨੂੰ ਇਹਨਾਂ ਡੈਲੀਗੇਸ਼ਨ ਮਿਲਾ ਕੇ ਜਿੱਥੇ ਵੀ ਇਹਨਾਂ ਦੀ ਜੋ ਮਦਦ ਹੋ ਸਕਦੀ ਹੈ ਪਟਿਆਲੇ ਸ਼ਹਿਰ 'ਚੋਂ ਡੱਟ ਕੇ ਕਰਾਂਗੇ। ਪੂਰੇ ਪੰਜਾਬ 'ਚੋਂ ਜਿੱਥੇ ਜਿੱਥੇ ਇਹਨਾਂ ਦੇ ਟੀਚਰਸ ਜੋ ਬੈਠੇ ਨੇ ਉਹ ਵੀ ਇਹਨਾਂ ਵਾਲੀਆਂ 'ਚ ਹੋਣ ਨਾ।